ਮੇਰਾ ਨਾਮ ਰਵਿੰਦਰ ਕੌਰ ਆ ਜੀ, ਮੈਂ ਰੋਪੜ ਤੋਂ ਹਾਂ ਜੀ। ਮੈਨੂੰ 8-9 ਸਾਲ ਤੋਂ ਬਹੁਤ ਤਕਲੀਫ ਸੀ ਗੋਡਿਆਂ ਦੀ, ਬਹੁਤ ਜ਼ਿਆਦਾ ਦਵਾਈਆਂ ਖਾਧੀਆਂ, ਡਾਕਟਰਾਂ ਨੂੰ ਦਿਖਾਇਆ, ਕੋਈ ਫਰਕ ਨਹੀਂ ਪਿਆ ਮੈਨੂੰ। ਥੋੜ੍ਹਾ ਬਹੁਤਾ ਮਤਲਬ ਰਿਲੀਜ਼ ਹੁੰਦਾ ਸੀ, ਜਿਸ ਤਰ੍ਹਾਂ 1-2 ਦਿਨ ਵਾਸਤੇ ਕੋਈ ਫਰਕ ਨਹੀਂ ਸੀ ਪੈਂਦਾ ਹੈਗਾ। ਅਤੇ ਮੈਂ ਇਹਨਾਂ ਦੀ ਐਡ ਦੇਖੀ ਯੂਟਿਊਬ ਤੋਂ, ਇੰਸਟਾਗ੍ਰਾਮ ਤੋਂ, ਮੈਨੂੰ ਬਹੁਤ ਅੱਛਾ ਲੱਗਿਆ। ਬਾਰ ਬਾਰ ਦੇਖਦੀ ਰਹਿੰਦੀ ਸੀ, ਹਰ ਰੋਜ਼ ਦੇਖਦੀ ਰਹਿੰਦੀ ਸੀ। ਫਿਰ ਮੈਂ ਆ ਕੇ ਇੱਕ ਦਿਨ ਇੱਥੇ ਮਿਲੀ ਡਾਕਟਰ ਸਾਹਿਬ ਨੂੰ, ਔਰ ਇੱਥੇ ਦੇ ਮਰੀਜ਼ਾਂ ਨੂੰ ਮਿਲੀ, ਆ ਕੇ TS ਗਿੱਲ ਸਾਹਿਬ ਨੂੰ ਮਿਲੀ ਜੀ, ਅਤੇ ਹੀਲਿੰਗ ਹੋਸਪਿਟਲ 34 Sector A, ਬਹੁਤ ਅੱਛਾ ਮਤਲਬ ਹੋਸਪਿਟਲ ਆ ਜੀ। ਤੁਸੀਂ ਆਓ ਇੱਥੇ, ਸਟਾਫ ਬਹੁਤ ਅੱਛਾ ਹੈ ਜੀ, ਕਿਸੇ ਵੀ ਚੀਜ਼ ਦੀ ਕਮੀ ਨਹੀਂ। 2-3 ਘੰਟੇ ਮੈਂ ਚੱਲਣ ਲੱਗ ਗਈ ਸੀ ਜਿਸ ਦਿਨ ਓਪਰੇਸ਼ਨ ਹੋਇਆ, ਕੋਈ ਖੂਨ ਮਤਲਬ ਬਲੱਡ ਬਿਲਕੁਲ ਨਹੀਂ ਆਇਆ, ਅਤੇ ਬਿਲਕੁਲ ਮੈਂ ਬਿਲਕੁਲ ਸਹੀ ਰਹੀ ਹਾਂ ਜੀ। ਖਾਣਾ ਬਹੁਤ ਅੱਛਾ ਹੈ, ਕੋਈ ਕਿਸੇ ਚੀਜ਼ ਦੀ ਕੋਈ ਵੀ ਪ੍ਰੋਬਲਮ, ਸਟਾਫ ਬਹੁਤ ਅੱਛਾ, ਬਾਰ ਬਾਰ ਮਤਲਬ 2-2 ਮਿੰਟ ਬਾਅਦ ਆ ਕੇ ਪੁੱਛਦੇ ਹਾਂ ਜੀ ਸਾਰੀ ਪ੍ਰੋਬਲਮ। ਰੂਮ ਵਿੱਚ ਕੋਈ ਵੀ ਕਮੀ ਨਹੀਂ ਕਿਸੇ ਚੀਜ਼ ਦੀ ਜੀ। ਜੇ ਕਿਸੇ ਨੂੰ ਕੋਈ ਇੱਦਾਂ ਦੀ ਦਿੱਕਤ ਹੈਗੀ ਆ ਜੀ ਗੋਡਿਆਂ ਦੀ, ਤੁਸੀਂ ਜ਼ਰੂਰ 34A ਹੀਲਿੰਗ ਵਿੱਚ ਆ ਕੇ ਡਾਕਟਰ TS ਗਿੱਲ ਨੂੰ ਮਿਲੋ ਜੀ, ਤੁਹਾਡਾ ਬਿਲਕੁਲ ਮਤਲਬ ਗੋਡੇ ਠੀਕ ਹੋ ਜਾਣਗੇ, ਕੋਈ ਮਤਲਬ ਘਬਰਾਉਣ ਵਾਲੀ ਗੱਲ ਨਹੀਂ ਜੀ ਹੈਗੀ, ਬਿਲਕੁਲ ਓਕੇ ਐਮ ਹੈ ਜੀ। ਮੈਂ 3ਰਾ ਦਿਨ ਹੁਣ ਵੋਕਰ ਨਾਲ ਚੱਲ ਕੇ ਜਾ ਰਹੀ ਹਾਂ ਘਰ ਨੂੰ ਵੀ ਜੀ, ਵੋਕਰ 'ਤੇ ਘੁੰਮ ਰਹੀ ਹਾਂ, ਰੌਂਡ ਲਗਾ ਰਹੀ ਹਾਂ ਜੀ, ਹੁਣ ਕਮਰੇ 'ਚ ਵੀ, ਰੂਮ 'ਚ ਵੀ, ਬਾਹਰ ਵੀ ਲਗਾ ਰਹੀ ਹਾਂ ਜੀ।